ਮਨਕੀਰਤ ਔਲਖ ਇੱਕ ਅਜਿਹਾ ਸਿੰਗਰ ਹੈ ਜਿਸ ਦਾ ਨਾਮ ਗੈਂਗਸਟਰ ਨਾਲ ਵੀ ਜੋੜਿਆ ਜਾਂਦਾ ਹੈ, ਜਿਵੇਂ ਕਿ ਬਿਸ਼ਨੋਈ ਦੇ ਨਾਲ, ਅਤੇ ਹੁਣ ਅੱਜ ਕੁਝ ਟਾਈਮ ਪਹਿਲਾਂ ਹੀ ਉਸ ਦੇ ਪਿੱਛੇ ਤਿੰਨ ਹਮਲਾਵਰ ਮੋਟਰਸਾਈਕਲ 'ਤੇ ਆ ਰਹੇ ਸਨ ਅਤੇ ਉਹਨਾਂ ਨੇ ਉਸ ਦਾ ਪਿੱਛਾ ਕੀਤਾ। ਜਦੋਂ ਉਹ ਹੋਮਲੈਂਡ ਵਿੱਚ ਸਥਿਤ ਆਪਣੇ ਘਰ ਵਿੱਚ ਜਾ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੇ ਉਸ ਦੀ ਰੁਕੀ ਕੀਤੀ ਜਾਂ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹਨਾਂ ਦੇ ਗਨਮੈਨ ਨੇ ਆ ਕੇ ਪਿੱਛੇ ਵੇਖਿਆ ਤਾਂ ਉਹ ਤਿੰਨ ਮੋਟਰਸਾਈਕਲ ਸਵਾਰ ਪਹਿਲਾਂ ਤਾਂ ਮੋਟਰਸਾਈਕਲ ਤੋਂ ਉਤਰੇ ਅਤੇ ਫਿਰ ਫਰਾਰ ਹੋ ਗਏ।